ਸਤਿ ਸ਼੍ਰੀ ਅਕਾਲ ਜੀ, ਮੈਂ ਬਿਨੂ ਸ਼ਰਮਾ, ਤੁਸੀਂ ਦੇਖ ਰਹੇ ਹੋ ਤੇਜ਼ ਪੰਜਾਬ ਨਿਊਜ਼। ਅੱਜ ਅਜਿਹੀ ਹਸਤੀ ਨਾਲ ਰੂਬਰੂ ਕਰਵਾਉਣ ਜਾ ਰਹੇ ਜੋ ਤਮਾਮ ਮਿਊਜ਼ਿਕ ਵੀਡੀਓਜ਼ ਕਰ ਚੱਕ ਰਹੀ ਸ਼ਿਵਜੋਤ ਹੋਣ, ਹੋਰ ਸਿੰਗਰਸ ਹੋਣ, ਤਾਂ ਇਸ ਸਮੇਂ ਰਹਿਮਤ ਰਦਨ ਮੇਰੇ ਨਾਲ ਮੌਜੂਦ ਨੇ, ਇਹ ਨਾਲ ਖਾਸ ਗੱਲਬਾਤ ਕਰਦੇ ਹਾਂ। ਜਾਣਦਾ ਐਗਜ਼ੋਟਿਕ ਮਾਡਲ ਸੀਵੈਂਟ 'ਤੇ ਪਹੁੰਚੇ ਨੇ, ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਸੋ ਮੱਚ। ਸੋ ਰਹਿਮਤ, ਬਾਈ ਪ੍ਰੋਫੈਸ਼ਨ ਡੈਂਟਿਸਟ ਹਨ, ਇਸ ਫੀਲਡ ਵਿੱਚ ਕਿੱਦਾਂ ਨਾ ਹੋਇਆ, ਕੋਇਨਸੀਡੈਂਟਲੀ ਜਾਂ ਸਟਾਰਟਿੰਗ ਤੋਂ ਇੰਟਰਸਟਿੰਗ ਹੈ? ਕੋਇੰਸੀਡੈਂਟਲੀ ਤਾਂ ਨਹੀਂ, ਬਿਕੋਜ਼ ਆਈ ਥਿੰਕ ਕਿਤੇ ਪਹੁੰਚਣ ਲਈ ਤੁਹਾਡੀ ਪਹਿਲਾਂ ਤੋਂ ਹੀ ਬਹੁਤ ਇੱਕ ਐਫਰਟਸ ਜੁੜੇ ਹੁੰਦੇ ਨੇ। ਮੈਂ ਪਹਿਲਾਂ ਛੋਟੇ ਹੁੰਦੇ ਵੀ ਬੁਗੀ ਬੁਗੀ 'ਚ ਗਈ ਸੀਗੀ, ਜਿਹੜਾ ਡਾਂਸ ਸ਼ੋਅ ਸੀਗਾ, ਬਿਕੋਜ਼ ਮੈਨੂੰ ਆਰਟਿਸਟਿਕ ਚੀਜ਼ਾਂ ਨਾਲ ਬਹੁਤ ਪਿਆਰ ਹੈ, ਅਤੇ ਮੈਨੂੰ ਡਾਂਸ ਨਾਲ ਕਿਤੇ ਨਾ ਕਿਤੇ ਕਨੈਕਟਡ ਸੀਗੀ, ਪਲੱਸ ਕੈਮਰੇ ਨਾਲ ਮੈਨੂੰ ਕਾਫੀ ਜ਼ਿਆਦਾ ਅਟੈਚਮੈਂਟ ਸੀਗੀ। ਆਈ ਯੂਜ਼ ਟੂ ਕਲਿੱਕ ਪਿਕਚਰਸ ਇੱਦਾਂ, ਬਟ ਐਜੂਕੇਸ਼ਨ ਮੇਰੇ ਲਈ ਪ੍ਰਾਇਓਰਟੀ ਸੀਗੀ ਬੀਇੰਗ ਅ ਗਰਲ, ਬਿਕੋਜ਼ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਤੁਹਾਡੀ ਬੈਕਬੋਨ ਆ ਲਾਈਫ ਲਈ। ਆਹ ਜਿਹੜਾ ਕੰਮ ਹੈ, ਦਿਸ ਇਜ਼ ਮੋਰ ਲਾਈਕ ਅ ਪੈਸ਼ਨ, ਹੈ ਨਾ, ਇੱਥੇ ਤੁਹਾਨੂੰ ਕਦੇ ਕੰਮ ਮਿਲੇਗਾ ਕਦੇ ਨਹੀਂ। ਇਟ ਇਜ਼ ਆਲ ਅਬਾਊਟ ਯੂਅਰ ਜਰਨੀ ਵਿਚ ਵਿਲ ਟੈਲ ਯੂ, ਹੈ ਨਾ, ਕਿ ਕਿੱਥੇ ਤੱਕ ਤੁਸੀਂ ਪਹੁੰਚਦੇ ਹੋ। ਬਟ ਐਜੂਕੇਸ਼ਨ ਇਜ਼ ਸਮਥਿੰਗ ਜਿਹੜੀ ਤੁਹਾਨੂੰ ਤੁਹਾਡਾ ਸਾਥ ਐਂਡ ਤੱਕ ਦਿੰਦੀ ਹੈ। ਸੋ ਡੈਂਟਿਸਟਰੀ ਖਤਮ ਕਰਨ ਤੋਂ ਬਾਅਦ ਆਈ ਵਰਕਡ ਫੋਰ 1 ਈਅਰ ਇਨ ਅ ਸੇਮ ਹੋਸਪਿਟਲ ਗਵਰਮੈਂਟ, ਐਂਡ ਉਸ ਤੋਂ ਬਾਅਦ ਮੈਂ ਪਹਿਲਾਂ 2017 ਦੇ ਵਿੱਚ ਮਿਸ ਇੰਡੀਆ ਇੰਟਰਨੈਸ਼ਨਲ 'ਚ ਸੀਗੀ, ਫਿਰ ਉਸ ਤੋਂ ਬਾਅਦ ਮੈਂ 2019 ਦੇ ਵਿੱਚ ਬੀਇੰਗ ਫਰੋਮ ਅ ਸਿੱਖ ਫੈਮਲੀ ਮੈਂ PTC ਲਈ ਅਪਲਾਈ ਕੀਤਾ, ਐਂਡ ਮੈਂ ਜਿੱਤ ਗਈ ਸੀਗੀ 2019 ਦੇ ਵਿੱਚ। ਉਸ ਤੋਂ ਬਾਅਦ ਫਿਰ ਇੱਕ ਮੈਨੂੰ ਵੇ ਆਊਟ ਮਿਲਿਆ ਇੰਡਸਟਰੀ ਦੇ ਵਿੱਚ ਸਟੈਪ ਇਨ ਦਾ, ਇੱਕ ਪੇਜੈਂਟ ਜਿੱਤਣ ਤੋਂ ਬਾਅਦ। ਸੋ ਇਟ ਇਜ਼ ਆਲ ਅਬਾਊਟ, ਉਹੀ ਮੈਂ ਕਹਿ ਰਹੀ ਹਾਂ, ਵਕਤ ਦਾ ਪਤਾ ਨਹੀਂ ਹੁੰਦਾ, ਮੈਂ ਨਹੀਂ ਸੋਚਿਆ ਸੀਗਾ, ਬਟ ਹਾਂ, ਬੀਇੰਗ ਫਰੋਮ ਕਸ਼ਮੀਰ, ਮੈਂ ਜਦੋਂ ਗਈ ਉੱਥੇ ਸਾਰੇ ਪੰਜਾਬ ਤੋਂ ਕੁੜੀਆਂ ਸੀਗੀਆਂ, ਮੈਂ ਕਸ਼ਮੀਰ ਤੋਂ ਸੀਗੀ, ਮੈਂ ਨਹੀਂ ਸੋਚਿਆ ਸੀਗਾ ਮੈਂ ਜਿੱਤਾਂਗੀ। ਬਟ ਆਈ ਥਿੰਕ ਇੱਕ ਮੇਰੇ ਮਾਇੰਡ 'ਚ ਸੀਗਾ ਕਿ ਮੈਂ ਜੇ ਇੱਥੇ ਆ ਚੁੱਕੀ ਹਾਂ ਤਾਂ 100% ਦੇ ਕੇ ਹੀ ਜਾਵਾਂਗੀ। ਸੋ ਬਸ ਉਦਾਂ ਹੀ ਮੇਰੇ ਬੈਸਟ ਐਕਸਪੀਰੀਅੰਸ, ਟੋਪ ਨੋਚ ਵੀ ਕੀਤਾ, ਹੋਰ ਵੀ ਗਾਣੇ ਕੀਤੇ ਯੁਵਰਾਜ ਹੰਸ ਵਗੈਰਾ ਨਾਲ, ਬੈਸਟ ਐਕਸਪੀਰੀਅੰਸ ਕਿੱਦਾਂ ਰਿਹਾ? ਤੁਸੀਂ ਸ਼ਿਵਜੋਤ ਨਾਲ ਸੌਂਗ ਕੀਤੇ ਨੇ, ਹੋਰ ਗਾਣੇ ਕੀਤੇ? ਮੈਂ ਹੁਣ ਤੱਕ ਸ਼ਿਵਜੋਤ ਨਾਲ 2 ਗਾਣੇ ਕਰ ਚੁੱਕੀ ਹਾਂ, ਅਤੇ ਇੱਕ ਸੱਜਣ ਅਦੀਪ ਜੀ ਨਾਲ ਕੀਤਾ ਪਿੰਡਾਂ ਦੇ ਜਾਏ, ਦੋਨੋਂ ਹੀ ਮੇਰੇ ਬੈਸਟ ਐਕਸਪੀਰੀਅੰਸ ਰਹੇ ਨੇ, ਕਿਉਂਕਿ ਮੈਂ ਆਹੀ ਗਾਣੇ ਕੀਤੇ ਨੇ ਇੱਕ ਸਾਲ ਦੇ ਅੰਦਰ ਇੰਡਸਟਰੀ ਦੇ ਵਿੱਚ ਐਂਟਰੀ ਤੋਂ ਬਾਅਦ। ਤੋ ਮੇਰੇ ਕੋਲ, ਮਤਲਬ ਮੇਰੇ ਕੋਲ ਤਾਂ ਆਹੀ 2 ਆਪਸ਼ਨਸ ਨੇ ਕਹਿਣ ਲਈ। ਸੋ ਮੇਰਾ ਬਹੁਤ ਐਕਸਪੀਰੀਅੰਸ ਰਿਹਾ ਪਿੰਡਾਂ ਦੇ ਜਾਏ ਤੋਂ, ਲੋਕ ਮੈਨੂੰ ਬਹੁਤ ਪਿਆਰ ਕਰਦੇ ਨੇ, ਉਸ ਗਾਣੇ ਦੀ ਜਿਹੜੀ ਇੱਕ ਇਨੋਸੈਂਸ, ਇੱਕ ਖੂਬਸੂਰਤੀ ਰਹੀ, ਉਹਦੇ ਕਰਕੇ ਲੋਕ ਮੈਨੂੰ ਜਾਣਦੇ ਨੇ। ਟੋਪ ਨੋਚ ਇੱਕ ਬੜਾ ਪੈਪੀ ਜਿਹਾ ਸੌਂਗ ਸੀਗਾ, ਲੋਕਾਂ ਨੇ ਉਹਦਾ ਇੱਕ ਸਟੈਪ ਬਹੁਤ ਲਾਈਕ ਕੀਤਾ। ਸੋ ਥੈਂਕਸ ਟੂ ਬੋਥ ਦਾ ਆਰਟਿਸਟ ਸਿੰਗਰ ਜਿਨ੍ਹਾਂ ਨੇ ਮੈਨੂੰ ਉਸ ਸੌਂਗ ਲਈ ਇੱਕ ਓਪਰਚੁਨਿਟੀ ਦਿੱਤੀ। ਐਂਡ ਇੰਟਰਸਟਿੰਗ ਫੈਕਟਰ ਕੀ ਰਿਹਾ ਹੁਣ ਤੱਕ ਦਾ? ਇੰਟਰਸਟਿੰਗ ਫੈਕਟਰ ਕਿਸ ਚੀਜ਼ ਨੂੰ ਲੈ ਕੇ ਕਹੋਗੇ? ਇੰਡਸਟਰੀ ਨੂੰ ਲੈ ਕੇ, ਮਤਲਬ ਜਿੱਦਾਂ ਤੁਸੀਂ ਇੰਟਰਸਟਿੰਗ ਇਹ ਹੈਗਾ ਕਿ ਤੁਹਾਨੂੰ ਬੜੇ ਤਰ੍ਹਾਂ ਤਰ੍ਹਾਂ ਦੇ ਲੋਕ, ਹੈ ਨਾ, ਯੂ ਤੁਸੀਂ ਮਿਲਦੇ ਹੋ, ਤੁਹਾਡਾ ਨਵਾਂ ਇੱਕ ਐਕਸਪੀਰੀਅੰਸ ਹੁੰਦਾ ਹੈ। ਆਈ ਥਿੰਕ ਇੰਡਸਟਰੀ ਬਹੁਤ ਵਰਸਟਾਈਲ ਵੀ ਹੈ, ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਮੈਂ ਪਹਿਲਾਂ ਜਿਵੇਂ ਡੈਂਟਿਸਟਰੀ 'ਚ ਸੀਗੀ, ਅਤੇ ਮੇਰੇ ਲਈ ਫਿਟਨੈਸ ਇੱਕ ਇੰਨੀ ਪ੍ਰਾਇਓਰਟੀ ਨਹੀਂ ਸੀਗੀ। ਮੈਂ ਇੰਡਸਟਰੀ ਤੋਂ ਆਉਣ ਤੋਂ ਬਾਅਦ ਮੈਂ 20 ਕਿਲੋ ਲੂਜ਼ ਕੀਤਾ ਇੱਕ ਸਾਲ ਦੇ ਅੰਦਰ, ਅਤੇ ਮਤਲਬ ਉਹੀ ਨਾ, ਇਹ ਚੀਜ਼ਾਂ ਮਤਲਬ ਸਿੱਖਣ ਨੂੰ ਬੜਾ ਕੁਝ ਮਿਲਦਾ ਹੈ। ਸੋ ਆਈ ਥਿੰਕ ਗਰੋਥ ਇੱਕ ਇੱਦਾਂ ਦੀ ਚੀਜ਼ ਹੈ ਜੋ ਮੈਂ ਕਹਾਂਗੀ। ਕਿਸਾਨਾਂ ਦੇ ਸੰਘਰਸ਼ ਬਾਰੇ ਕੀ ਕਹਿਣਾ, ਜੋ ਕਿ ਹੁਣ ਤੱਕ ਚੱਲ ਰਿਹਾ, ਉਹਨੂੰ ਇਨਸਾਫ ਨਹੀਂ ਮਿਲ? ਕਿਸਾਨਾਂ ਦੇ ਸੰਘਰਸ਼ ਬਾਰੇ ਮੈਂ ਇਹ ਕਹਿਣਾ ਚਾਹਾਂਗੀ ਕਿ ਜਿੱਦਾਂ ਮੈਂ ਕਸ਼ਮੀਰ ਤੋਂ ਵੀ ਬਿਲੋਂਗ ਕਰਦੀ ਹਾਂ, ਅਸੀਂ ਬਚਪਨ ਤੋਂ ਬਹੁਤ ਕੁਝ ਕਸ਼ਮੀਰ ਦੇ ਵਿੱਚ ਦੇਖਿਆ, ਗਵਰਨਮੈਂਟ ਨੇ ਜਿੱਦਾਂ ਦੇ ਵੀ ਫੈਸਲੇ ਲਿੱਤੇ ਨੇ, 370 ਦਾ ਸੀਗਾ ਜਾਂ ਬਚਪਨ ਤੋਂ ਜੋ ਵੀ, ਮੈਨੂੰ ਇੰਝ ਲੱਗਦਾ ਕਿ ਪੋਲੀਟਿਕਸ ਇਜ਼ ਅ ਵੈਰੀ ਬੈਡ ਗੇਮ, ਜਿਹੜੀ ਕਿ ਮੈਨੂੰ ਇੰਝ ਲੱਗਦਾ ਕਿ ਇੰਡੀਆ ਦੇ ਵਿੱਚ ਨਾ ਇਨਸਾਨ ਦੀ ਜਾਨ ਦੀ ਕੀਮਤ ਨਹੀਂ ਹੈ, ਅਤੇ ਉਹ ਚੀਜ਼ ਮੈਨੂੰ ਬਹੁਤ ਕਿਤੇ ਨਾ ਕਿਤੇ ਲੱਗਦੀ ਹੈ ਕਿ ਗਵਰਨਮੈਂਟ ਜਿਹੜੀ ਹੈ, ਲੋਕ ਮਰ ਰਹੇ ਨੇ, ਇੰਨਾ ਕੁਛ ਹੋ ਰਿਹਾ ਹੈ ਨਾ, ਆਪਣੀ ਜਾਨਾਂ ਦੇ ਰਹੇ ਨੇ ਕਿਸਾਨਾਂ ਦੇ ਕਰਕੇ, ਅਤੇ ਗਵਰਨਮੈਂਟ ਵੇਅਰ ਇਜ਼ ਮੋਦੀ? ਉਹ ਕਦੇ ਵੀ ਅਪਫਰੰਟ ਆ ਕੇ ਇੱਕ ਸਿੰਗਲ ਗੱਲ ਨਹੀਂ ਕਹਿੰਦੇ ਕਿ ਮੈਨੂੰ ਬੜਾ ਅਫਸੋਸ ਹੋਇਆ, ਹੀ ਇਜ਼ ਆਲਵੇਜ਼ ਹਾਈਡਿੰਗ ਹਿਜ਼ ਫੇਸ ਬਿਹਾਈਂਡ, ਹੈ ਨਾ, ਅਤੇ ਉਹ ਚੀਜ਼ ਮੈਨੂੰ ਇੱਕ ਬਹੁਤ ਸਭ ਤੋਂ ਵੱਡੇ ਦੁੱਖ ਦੀ ਲੱਗਦੀ ਹੈ। ਠੀਕ ਹੈ, ਪ੍ਰੋਟੈਸਟ ਹਰ ਜਗ੍ਹਾ 'ਤੇ ਇਨਸਾਫ ਲਈ ਲਿੱਤਾ ਜਾਂਦਾ, ਬਟ ਜਦੋਂ ਜਾਨ 'ਤੇ ਆ ਜਾਵੇ ਨਾ, ਜਦੋਂ ਕੋਈ ਆਪਣਾ ਫੈਮਿਲੀ ਮੈਂਬਰ ਨੂੰ ਲੋਸ ਕਰ ਲਵੇ, ਆਈ ਥਿੰਕ ਉਸ ਟਾਈਮ 'ਤੇ ਗਵਰਨਮੈਂਟ ਨੂੰ ਇੱਕ ਸਟੈਪ ਲੈਣਾ ਚਾਹੀਦਾ, ਹੈ ਨਾ, ਤੁਸੀਂ ਕਿਸੇ ਦੀ ਕੀਮਤ, ਮਤਲਬ ਕਿਸੇ ਦੀ ਜਾਨ ਨੂੰ ਪੈਸਿਆਂ ਨਾਲ ਨਹੀਂ ਤੋਲ ਸਕਦੇ। ਹੁਣ ਵੀ ਜਿਹੜੇ ਕਾਫੀ ਗੱਡੀ ਜਿਹਦੇ MP ਦੇ ਬੇਟੇ ਨੇ ਚਲਾਤੀ ਸੀਗੀ, ਮੈਨੂੰ ਯਾਦ ਹੈ ਮੇਰੀ ਇੱਕ ਨੋਨ ਨੇ, ਉਹਨਾਂ ਨੇ, ਉਹਦਾ ਇੱਕ ਬ੍ਰਦਰ ਸੀਗਾ, ਉਹ ਵੀ ਵਿੱਚ ਗੁਜ਼ਰ ਗਿਆ ਸੀਗਾ, ਅਤੇ ਜਦੋਂ ਉਹਦੇ ਨਾਲ ਗੱਲ ਹੋਈ ਤਾਂ ਕੁੜੀ ਬਹੁਤ ਰੋ ਰਹੀ ਸੀਗੀ, ਕਹਿੰਦੀ ਸਾਨੂੰ ਨਾ ਇੰਨੇ ਪੈਸੇ ਦਿੱਤੇ ਜਾ ਰਹੇ ਨੇ, ਮਤਲਬ ਮੇਰੀ ਭਰਾ ਦੀ ਡੈਥ ਲਈ, ਅਤੇ ਮੈਨੂੰ ਲੱਗਿਆ ਕਿ ਇਨਸਾਨ ਦੀ ਕੀਮਤ ਪੈਸਾ ਨਹੀਂ ਹੈ। ਤੁਸੀਂ ਕਿਸੇ ਦਾ ਮਾਂ ਪਿਓ ਪੈਸੇ ਨਾਲ ਨਹੀਂ ਤੋਲ ਸਕਦੇ, ਜਾਂ ਕਿਸੇ ਦਾ ਮੂੰਹ ਤੁਸੀਂ ਪੈਸੇ ਨਾਲ ਨਹੀਂ ਬੰਦ ਕਰ ਸਕਦੇ। ਇਮੋਸ਼ਨ ਇੱਦਾਂ ਦੀ ਚੀਜ਼ ਹੈ ਜਿਹੜੀ ਕਿ ਮਤਲਬ ਦੱਸ ਨਹੀਂ ਸਕਦਾ, ਮਤਲਬ ਜਿਸ ਤਰ੍ਹਾਂ ਲਾਗੇ ਉਹੀ ਤਨ ਜਾਣੇ। ਆਪਣੀ ਸਿਸਟਰ ਨੂੰ ਵੀ ਲੋਸਟ ਕੀਤਾ ਸੀ ਫਾਇਰ ਇੰਸੀਡੈਂਟ ਵਿੱਚ, ਹੈ ਨਾ, ਕਾਫੀ ਅਟੈਚਮੈਂਟ ਹੁੰਦੀ ਸਿਸਟਰ ਨੂੰ। ਬਹੁਤ, ਮਤਲਬ ਮੈਨੂੰ ਪਤਾ ਹੈ ਕਿ ਇੱਕ ਅਸੀਂ ਆਪਣੀ ਸਿਸਟਰ ਨੂੰ ਲੋਸ ਕੀਤਾ, ਬਿਕੋਜ਼ ਉਹ ਵੀ ਕਿਤੇ ਨਾ ਕਿਤੇ ਇਹ ਸੀਗਾ ਕਿ ਫਾਇਰ ਬ੍ਰਿਗੇਡ ਟਾਈਮ 'ਤੇ ਨਹੀਂ ਪਹੁੰਚੀ, ਜਿੱਥੇ ਅਸੀਂ ਰਹਿ ਰਹੇ ਸੀਗੇ ਉੱਥੇ ਪੁੱਲ ਨਹੀਂ ਬਣ ਸਕਿਆ ਸੀਗਾ ਟਾਈਮ ਨਾਲ, ਫਲੱਡ ਨੂੰ ਆਏ ਕਿੰਨਾ ਚਿਰ ਹੋ ਗਿਆ ਸੀਗਾ, ਗਵਰਨਮੈਂਟ ਨੇ ਪੁੱਲ ਨਹੀਂ ਬਣਾਇਆ, ਮਤਲਬ ਕਿ
ਗਵਰਨਮੈਂਟ ਕਿੱਥੇ ਸੁੱਤੀ ਹੁੰਦੀ ਹੈ। ਅਤੇ ਜਦੋਂ ਵੀ ਸਿਸਟਰ ਦੀ ਉਸ ਤੋਂ ਸਾਨੂੰ ਵੀ ਇਹ ਕਹਿ ਦਿੱਤਾ ਗਿਆ ਸੀਗਾ ਕਿ ਪੈਸੇ ਲੈ ਲਓ, ਆਹ ਸਭ ਕੁਛ ਕਰ ਲਓ। ਅਤੇ ਮੈਨੂੰ ਯਾਦ ਹੈ ਉਸ ਟਾਈਮ ਮੇਰੇ ਡੈਡੀ ਕੋਲ ਕੋਈ ਬੈਠਾ ਸੀਗਾ, ਮੈਂ ਆਹੀ ਗੱਲ ਕਹੀ ਸੀਗੀ ਕਿ ਕੱਲ੍ਹ ਨੂੰ ਜਦੋਂ ਤੁਹਾਡਾ ਕੋਈ ਗੁਜ਼ਰੇਗਾ ਤਾਂ ਮੈਂ ਵੀ ਉਹਨੇ ਪੈਸੇ ਇਕੱਠੇ ਕਰ ਲੈਂਦੀ ਹਾਂ ਜਿੰਨੇ ਮੈਂ ਜੰਮੂ ਕਸ਼ਮੀਰ ਤੋਂ ਬਿਲੋਂਗ ਕਰਦੇ। ਲੋਕਾਂ ਦੀ ਸੋਚ ਅੱਜ ਵੀ ਜੰਮੂ ਕਸ਼ਮੀਰ ਦੇ ਪ੍ਰਤੀ ਉਹ ਹੈ ਜਿਹੜਾ ਭੇਦਭਾਵ, ਇੱਕ ਜਾਤੀਵਾਦ ਹੈ, ਕੀ ਕਹਿਣਾ ਚਾਹੋਗੇ? ਨਹੀਂ, ਆਹ ਲੋਕਾਂ ਦਾ ਮਿਸਕਨਸੈਪਸ਼ਨ ਹੈ, ਜੰਮੂ ਕਸ਼ਮੀਰ 'ਚ ਕੋਈ ਭੇਦਭਾਵ ਨਹੀਂ ਹੈਗਾ। ਮੈਨੂੰ ਲੱਗਦਾ ਕਿ ਜਿਹੜੇ ਲੋਕ ਕਸ਼ਮੀਰ ਨਹੀਂ ਵਿਜ਼ਿਟ ਕੀਤੇ ਆ ਉਹਨਾਂ ਨੂੰ ਡੈਫੀਨੇਟਲੀ ਕਰਨਾ ਚਾਹੀਦਾ, ਬਿਕੋਜ਼ ਕਸ਼ਮੀਰ ਦੇ ਵਿੱਚ ਇਨਸਾਨੀਅਤ ਬਹੁਤ ਹੈ, ਲੋਕ ਬਹੁਤ ਜ਼ਿਆਦਾ ਹਿਊਮੈਨਿਟੀ ਨੂੰ ਲੈ ਕੇ ਕੰਸਰਨ ਨੇ ਯਾਰ। ਉੱਥੇ ਤਾਂ ਭਾਵੇਂ ਜੇ ਕੁੱਤਾ ਵੀ ਸੜਕ 'ਤੇ ਮਰਿਆ ਹੋਏਗਾ, ਲੋਕ ਉਹਨੂੰ ਵੀ ਚੁੱਕ ਕੇ ਹੋਸਪਿਟਲ ਲੈ ਕੇ ਜਾਣਗੇ। ਤੁਸੀਂ ਦੇਖਿਓ ਕਿ ਜਦੋਂ ਉੱਥੇ ਪ੍ਰੋਟੈਸਟ ਹੁੰਦਾ ਜਾਂ ਕੋਈ ਵੀ ਸਿਵਲੀਅਨ ਦੀ ਡੈਥ ਹੁੰਦੀ ਹੈ ਤਾਂ ਪੂਰਾ ਕਸ਼ਮੀਰ ਬੰਦ ਹੁੰਦਾ ਹੈ ਉਹਦੀ ਡੈਥ ਨੂੰ ਸਨਮਾਨਿਤ ਕਰਨ ਲਈ। ਸੋ ਮਤਲਬ ਹਜੇ ਇਹ ਮਿਸਕਨਸੈਪਸ਼ਨ ਹੈ, ਉੱਥੇ ਜਾ ਕੇ ਰਹੋਗੇ ਤਾਂ ਪਤਾ ਲੱਗ ਜਾਏਗਾ। ਨਾਮ ਦਾ ਬੜਾ ਸੋਹਣਾ ਕੋਂਬੀਨੇਸ਼ਨ, ਰਹਿਮਤ ਰਤਨ, ਕਿੱਦਾਂ ਪਿਆ ਨਾਮ ਹੈ, ਬੜਾ ਡਿਫਰੈਂਟ ਜਿਹਾ। ਮਤਲਬ ਅਸੀਂ 4 ਸਿਸਟਰਸ ਆ ਅਤੇ ਸਾਡੇ ਮੋਮ ਡੈਡ ਨੇ ਨਾਂ ਰੱਖਿਆ ਸੀਗਾ ਚਾਨਨੀ, ਰੋਸ਼ਨੀ, ਰਹਿਮਤ, ਬਰਕਤ। ਅਤੇ ਉਹਨਾਂ ਨੇ ਸ਼ੇਰੋ ਸ਼ਾਇਰੀ ਵੀ ਲਿਖੀ ਸੀਗੀ ਕਿ ਚੰਦਾ ਮੈਨੂੰ ਦਿੱਤੀ ਚਾਨਨੀ, ਸੂਰਜ ਮੈਨੂੰ ਦਿੱਤੀ ਰੋਸ਼ਨੀ, ਬਰਕਤ ਮੇਰੇ ਘਰ ਵਿੱਚ ਆਈ, ਰਹਿਮਤ ਮੇਰੇ 'ਤੇ ਤੂੰ ਵਰਸਾਈ। ਫਿਊਚਰ ਪਲੈਨਸ ਕੀ ਨੇ, ਕਿੱਦਾਂ ਦੇ ਸੌਂਗਸ ਲੈ ਕੇ ਆ ਰਹੇ ਆਪਣੇ ਆਡੀਅੰਸ ਦੇ ਫੈਨਸ? ਸੌਂਗਸ ਮੈਨੂੰ 1 ਸਾਲ ਹੋ ਗਿਆ, ਮੈਂ ਕੋਈ ਸੌਂਗ ਨਹੀਂ ਕਰ ਰਹੀ ਹਜੇ, ਕਰਨਾ ਚਾਹੁੰਦੀ ਹਾਂ, ਬਟ ਕੁਛ ਸਿਨੇਮੈਟਿਕ ਕਰਨਾ ਚਾਹੁੰਦੀ ਹਾਂ ਜਿਹਦੇ 'ਚ ਇੱਕ ਐਕਟ ਬੇਸਡ ਚੀਜ਼ ਹੋਵੇ। ਬਾਕੀ ਆਈ ਐਮ ਵਰਕਿੰਗ ਔਫ ਫੋਰ ਅ ਨੈਟਫਲਿਕਸ ਪ੍ਰੋਜੈਕਟ ਐਂਡ ਮੈਂ ਪੰਜਾਬੀ ਮੂਵੀਜ਼ ਵੀ 2 ਸਾਈਨ ਕਰ ਚੁੱਕੀ ਐਜ਼ ਮਾਈ ਡੈਬਿਊ। ਅਗਲੇ ਸਾਲ ਹੋਪਫੁਲੀ ਤੁਸੀਂ ਮੈਨੂੰ ਸਿਲਵਰ ਸਕਰੀਨ 'ਤੇ ਜ਼ਰੂਰ ਦੇਖੋਗੇ। ਤੁਸੀਂ ਦੇਖਿਆ ਸੀ ਕਿ ਮੈਂ ਰਹਿਮਤ ਰਤਨ ਜੀ ਨੇ ਕਿਹਾ ਕਿ ਲੋਕਾਂ ਦੇ ਅੱਜ ਵੀ ਭੇਦਭਾਵ ਆ ਕਸ਼ਮੀਰ ਪ੍ਰਤੀ ਉਹ ਗਲਤ ਹੈ, ਅਤੇ ਇੱਦਾਂ ਨਹੀਂ ਹੋਣਾ ਚਾਹੀਦਾ। ਜਾਤੀਵਾਦ ਦਾ ਵਰਡ ਅੱਜ ਵੀ ਜੁੜਿਆ, ਪਰ ਜਿੱਥੇ ਕਿਸਾਨਾਂ ਦੀ ਗੱਲ ਕੀਤੀ ਨੇ, ਕਿਸਾਨੀ ਸੰਘਰਸ਼ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ,